ਚੈਨਲ ਦੇ ਵਿੱਚ ਅੱਜ ਆਪਾਂ ਇਸ ਵੀਡੀਓ ਦੇ ਅੰਦਰ ਜਮਾਤ 9 ਵਾਲਿਆਂ ਦਾ ਪੰਜਾਬੀ B ਦਾ ਪੇਪਰ ਜਿਹੜਾ ਕਿ ਤੁਹਾਡੇ 1 ਦਿਨ ਤੋਂ ਬਾਅਦ ਹੋਣ ਜਾ ਰਿਹਾ ਹੈ ਮੋਸਟ ਇੰਪੋਰਟੈਂਟ ਕੁਐਸਚਨ ਨੇ ਬੱਚੇ 1 ਦਿਨ ਹੈਗਾ ਤੁਹਾਡੇ ਕੋਲ ਦੋ ਸੈਂਪਲ ਪੇਪਰ ਜਿਹੜੇ ਕਿ ਮੋਸਟ ਇੰਪੋਰਟੈਂਟ ਨੇ ਮਾਰਚ ਦੀ ਪ੍ਰੀਖਿਆ ਲਈ ਮੈਂ ਦੋਨੋਂ ਅਪਲੋਡ ਕਰੂੰਗੀ ਉਸਦੇ ਲਈ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਐਂਡ ਤੱਕ ਤੁਸੀਂ ਜਰੂਰ ਦੇਖਣਾ ਹੈ ਹਰ ਇੱਕ ਕੁਐਸਚਨ ਦਾ ਸੋਲੂਸ਼ਨ ਇਸ ਵੀਡੀਓ ਦੇ ਅੰਦਰ ਹੀ ਦਿਖਾਇਆ ਜਾਵੇਗਾ ਪੰਜਾਬੀ ਪੇਪਰ B ਦੇ ਦੋ ਪੇਪਰ ਨੇ ਇੰਪੋਰਟੈਂਟ ਆ ਪਹਿਲਾ ਪੇਪਰ ਹੈ ਇਸ ਨੂੰ ਆਪਾਂ ਪੂਰੇ ਸੋਲਵ ਕਰਕੇ ਹੁਣ ਦੇਖਾਂਗੇ 65 ਨੰਬਰ ਦਾ ਪੇਪਰ ਹੈਗਾ ਸਾਰਾ ਪੇਪਰ ਤੁਸੀਂ ਦੇਖ ਸਕਦੇ ਹੋ ਵਿਦ ਸੋਲੂਸ਼ਨ ਇਹ ਵੀਡੀਓ ਹੈਗੀ ਸਾਰਾ ਤੁਹਾਨੂੰ ਸੋਲੂਸ਼ਨ ਇਸ ਵੀਡੀਓ ਦੇ ਅੰਦਰ ਹੀ ਤੁਸੀਂ ਦੇਖ ਸਕਦੇ ਹੋ ਦਿਖਾਇਆ ਜਾਵੇਗਾ ਸਕਿੱਪ ਨਹੀਂ ਕਰਨਾ ਹੈਗਾ ਸਭ ਨੇ ਧਿਆਨ ਨਾਲ ਦੇਖਣੀ ਹੈ ਤਾਂ ਸਭ ਤੋਂ ਪਹਿਲਾਂ ਫਰਸਟ ਕੁਐਸਚਨ ਹੈਗਾ ਭਾਸ਼ਾ ਦਾ ਸ਼ੁੱਧ ਅਤੇ ਮਿਆਰੀ ਰੂਪ ਸਮਝਣ ਲਈ ਕਿਸ ਚੀਜ਼ ਦੀ ਬੜੀ ਮਹੱਤਤਾ ਹੁੰਦੀ ਹੈ ਤੇ ਸ਼ੁੱਧਤਾ ਤੇ ਮਿਆਰੀ ਰੂਪ ਸਮਝਣ ਲਈ ਵਿਆਕਰਣ ਤਾਂ ਇਸ ਦਾ ਆਨਸਰ ਕੀ ਆਏਗਾ ਵਿਆਕਰਣ ਦੀ ਜਿਹੜੀ ਕੀ ਬੜੀ ਹੀ ਤੁਮ ਰੂਪ ਸਮਝਣ ਦੀ ਜ਼ਰੂਰਤ ਹੁੰਦੀ ਹੈ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਤਾਂ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਤਿੰਨ ਤੇ ਕਾਰਕ ਕਿੰਨੀ ਪ੍ਰਕਾਰ ਦੇ ਹੁੰਦੇ ਨੇ ਇਸ ਦਾ ਆਨਸਰ ਹੈਗਾ 8 ਬੱਚੇ बस ਇੱਕ ਰਿਕੁਐਸਟ ਹੈ ਵੀਡੀਓ ਨੂੰ ਐਂਡ ਤੱਕ ਦੇਖਣਾ ਹੈ ਸਕਿੱਪ ਨਹੀਂ ਕਰਨਾ ਅੱਗੇ ਸ਼ੇਅਰ ਕਰ ਦਿਓ ਪੀਡੀਐਫ ਦੇ ਲਈ ਟੈਲੀਗ੍ਰਾਮ ਚੈਨਲ ਤੇ ਜਾਓ ਜੋ ਉੱਥੇ ਜਾ ਕੇ ਤੁਸੀਂ ਇਹ ਪੀਡੀਐਫ ਲੈ ਲਓ ਠੀਕ ਹੈ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਤਾਂ ਪੰਜਾਬੀ ਭਾਸ਼ਾ ਦੀ ਕਿਹੜੀ ਲਿਪੀ ਹੈਗੀ ਗੁਰਮੁਖੀ ਗੁਰਮੁਖੀ ਪੰਜਾਬੀ ਭਾਸ਼ਾ ਦੀ ਲਿਪੀ ਆਗੇ ਉਪ ਦਾ ਅਗੇਤਰ ਲਾ ਕੇ ਇੱਕ ਨਵਾਂ ਸ਼ਬਦ ਬਣਾਓ ਤਾਂ ਕਿਹੜਾ ਬਣਾ ਸਕਦੇ ਆਪਾਂ? ਉਪਕਾਰ। ਠੀਕ ਹੈ। ਮੋਸਟ ਇੰਪੋਰਟੈਂਟ ਹੈ ਤੁਸੀਂ ਦੇਖ ਸਕਦੇ ਹੋ ਵਿਦ ਸੋਲਿਊਸ਼ਨ ਇਹ ਵੀਡੀਓ ਹੈਗੀ। ਤੁਹਾਨੂੰ ਸਾਰਾ ਸੋਲਿਊਸ਼ਨ ਹੈ ਜਿਹੜਾ ਕਿ ਦਿਖਾਇਆ ਜਾ ਰਿਹਾ ਹੈ ਪੇਪਰ ਦੇ। ਜਿਹੜੇ ਸ਼ਬਦਾ ਵਿੱਚ ਵਾਕਾਂ ਦਾ ਅਧਿਐਨ ਕੀਤਾ ਜਾਵੇ ਉਸ ਨੂੰ ਕੀ ਕਹਿੰਦੇ ਨੇ? ਉਹਨੂੰ ਕੀ ਕਹਿੰਦੇ ਨੇ ਬੱਚੋ? ਵਾਕ ਬੋਧ। ਤਾਂ ਆਪਾਂ ਕੀ ਲਿਖਾਂਗੇ ਇੱਥੇ? ਵਾਕ ਬੋਧ। ਵਾਕ ਬੋਧ ਕਹਿੰਦੇ ਆ। buyers de कि अ hunनेते, ्या aprende de कि अ ती waබോ शबद බෝध ते. ਤੋ ਨੀ ਬੋਲ ਇਹ ਇਸ ਦਾ ਆਨਸਰ ਆਏਗਾ ਤੁਸੀਂ ਦੇਖ ਸਕਦੇ ਹੋ ਹਰ ਇੱਕ ਕੁਐਸਚਨ ਦਾ ਸੋਲੂਸ਼ਨ ਹੈ ਜਿਹੜਾ ਕਿ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਬਸ ਰਿਕਵੈਸਟ ਹੈਗੀ ਆ ਕਿ ਵੀਡੀਓ ਨੂੰ ਐਂਡ ਤੱਕ ਦੇਖੋ ਮੈਂ ਚਾਹੁੰਦੀ ਹਾਂ ਤੁਸੀਂ ਇਸੇ ਵੀਡੀਓ ਦੇ ਅੰਦਰ ਆਪਣੀ ਪੰਜਾਬੀ ਬੀ ਦੀ ਤਿਆਰੀ ਹੈ ਜਿਹੜੀ ਵਧੀਆ ਕਰ ਲਓ ਤਾਂ ਮੈਂ ਜੋ ਅਗਲੇ ਪੇਪਰ ਵੀ ਤੁਹਾਨੂੰ ਦਿਖਾਵਾਂ ਤੁਹਾਨੂੰ ਉਹ ਆਂਦੇ ਹੋਣ ਠੀਕ ਹੈ ਆਪਾਂ ਹੁਣ ਨੈਕਸਟ ਦੇਖਦੇ ਹਾਂ ਤੇ 8th ਕੁਐਸਚਨ ਆ ਜਾਂਦਾ ਮਨੁੱਖੀ ਮਨ ਦੇ ਭਾਵਾਂ ਨੂੰ ਪ੍ਰਗਟ ਕਰਨ ਦਾ ਸਫਲ ਸਾਧਨ ਕਿਹੜਾ ਹੈਗਾ ਤੇ ਕਿਹੜਾ ਹੈਗਾ ਮਨੁੱਖੀ ਦੇ ਮਨ ਬੋਲੀ ਤਾਂ ਇਸ ਦਾ ਆਨਸਰ ਕੀ ਆਵੇਗਾ ਬੋਲੀ ਠੀਕ ਹੈ ਹੁਣ ਨੈਕਸਟ ਦੇਖਦੇ ਆਪਾਂ ਕਾਰ ਵਿਛੇਤਰ ਵਾਲਾ ਸ਼ਬਦ ਤਾਂ ਇਸ ਦਾ ਕੀ ਬਣੇਗਾ ਸਤিকার ਤਾਂ ਆਪਾਂ ਸਤিকার ਲਗਾ ਕੇ ਬਣਾ ਸਕਦੇ ਆ ਆਇਆ ਸ਼ਬਦ ਦਾ ਸਹੀ ਸ਼ਬਦ ਜੋੜ ਦੱਸਣਾ ਹੈ ਤਾਂ ਤੁਸੀਂ ਇਹਦਾ ਸਹੀ ਤੇ ਇਹ ਸ਼ਬਦ ਜੋੜ ਦੱਸਣਾ ਹੈ ਤਾਂ ਇਹਦੇ ਲਈ ਬੱਚੇ ਇਸ ਦਾ ਆਨਸਰ ਮੈਨੂੰ ਪਤਾ ਹੈ ਬਟ ਮੈਂ ਚਾਹਨੀ ਹੈ ਕਿ ਤੁਸੀਂ ਜਿਹੜੇ ਵੀਡੀਓ ਦੇਖ ਰਹੇ ਹੋ 10 ਨੰਬਰ ਪਾ ਕੇ ਕਮੈਂਟ ਕਰੋਗੇ ਕਿ ਇਸ ਦਾ ਰਾਈਟ ਆਨਸਰ ਕੀ ਹੈ ਜਿਹੜੇ ਬੱਚੇ ਕਰਨਗੇ ਮੈਂ ਉਸ ਦਾ ਕਮੈਂਟ ਜਿਹੜਾ ਕਿ ਪਿੰਨ ਕਰਾਂਗੀ ਤੇ ਜਰੂਰ ਇਹ ਵਾਲਾ ਤੁਸੀਂ ਕਮੈਂਟ ਕਰਨਾ ਹੈ ਉਸ ਤੋਂ ਅੱਗੇ ਨੈਕਸਟ ਹੈਗਾ ਕਿਸੇ ਇੱਕ ਵਿਸ਼ੇ ਤੇ ਜਿਹੜਾ ਕਿ 400 ਸ਼ਬਦਾਂ ਤੇ ਲੇਖ ਲਿਖਣਾ ਹੈ ਮੈਂ ਹੁਣ ਇੱਕ ਤਾਂ ਹੈਗਾ ਸਾਡੇ ਮੇਲੇ ਅਤੇ ਤਿਉਹਾਰ ਪ੍ਰਦੂਸ਼ਣ ਦੀ ਸਮੱਸਿਆ ਦੀਵਾਲੀ 26 ਜਨਵਰੀ ਮੈਂ ਦੀਵਾਲੀ ਜਿਹੜਾ ਕੋ ਮੋਸਟ ਈਜ਼ੀ ਤੇ ਮੋਸਟ ਇੰਪੋਰਟੈਂਟ ਹੈਗਾ ਤੇ ਇਹ ਕਰਾਂਗੀ ਤਾਂ ਤੁਸੀਂ ਦੀਵਾਲੀ ਕਰਨਾ ਹੈ ਠੀਕ ਹੈ ਹੁਣ ਮੈਂ ਤੁਹਾਨੂੰ ਵੀਡੀਓ ਦਿਖਾ ਦਿਖਾਣੇ ਆ ਵੀਡੀਓ ਦੇ ਵਿੱਚ ਹੀ ਤੇ ਤੁਸੀਂ ਧਿਆਨ ਨਾਲ ਦੇਖਣਾ ਹੈ ਦੀਵਾਲੀ ਦੇਖਣਾ ਮੈਂ ਨਾਲ ਦੀ ਨਾਲ ਬੋਲੂਗੀ ਵੀਡੀਓ ਨੂੰ ਪੋਸ ਕਰੋ ਤੇ ਪੜੋ ਤੇ ਕਿਸੇ ਨੇ ਵੀ ਸਕੀਪਰੀ ਕਰਨੀ ਵੀਡੀਓ ਪੋਸ ਕਰਨੀ ਹੈ ਭਾਰਤ ਤਿਹਾਰਾਂ ਦਾ ਦੇਸ਼ ਹੈ ਕੁਝ ਤਿਹਾਰ ਸਾਡੇ ਇਤਿਹਾਸਿਕ ਵਿਰਸੇ ਨਾਲ ਸੰਬੰਧਿਤ ਹਨ ਕੁਝ ਧਰਮ ਵਿਰਸ ਧਾਰਮਿਕ ਵਿਰਸੇ ਕਈਆਂ ਦਾ ਸਬੰਧ ਰੁੱਤਾਂ ਨਾਲ ਹੈ ਕਈਆਂ ਦਾ ਇਤਿਹਾਸਿਕ ਘਟਨਾਵਾਂ ਨਾਲ ਅਤੇ ਕਈਆਂ ਦਾ ਧਾਰਮਿਕ ਵਿਸ਼ਵਾਸੀਆਂ ਘਟਨਾਵਾਂ ਨਾਲ ਦੀਵਾਲੀ ਭਾਰਤ ਵਿੱਚ ਹਰ ਸਾਲ ਮਨਾਇਆ ਜਾਣ ਵਾਲਾ ਇੱਕ ਅਜਿਹਾ ਤਿਉਹਾਰ ਹੈ ਇਸ ਦਾ ਸਬੰਧ ਭਾਰਤ ਦੇ ਧਾਰਮਿਕ ਅਤੇ ਇਤਿਹਾਸਿਕ ਵਿਰਸੇ ਨਾਲ ਹੈ ਘਰਾਂ ਦੀ ਸਫਾਈ ਦੀਵਾਲੀ ਦਾ ਤਿਉਹਾਰ ਚੜ੍ਹਦੇ ਸਿਆਲ ਵਿੱਚ ਕੱਟਕ ਦੀ ਮੱਸੀਆਂ ਨੂੰ ਆਉਂਦਾ ਹੈ ਠੀਕ ਹੈ ਇਸ ਤੋਂ ਕੁਝ ਦਿਨ ਪਹਿਲਾਂ ਲੋਕ ਆਪਣੇ ਘਰਾਂ ਦੀ ਸਫਾਈ ਦਾ ਆਰੰਭ ਕਰਦੇ ਹਨ ਤਾਂ ਬੱਚੇ ਸਕਰੀਨਸ਼ਾਟ ਲੈ ਲਓ ਮੋਸਟ ਇੰਪੋਰਟੈਂਟ ਹੈ ਦੇਖੋ ਵੀਡੀਓ ਨੂੰ ਪੋਸ ਕਰੋ ਚਲੋ ਯਾਦ ਕਰੋ ਅੱਗੇ ਆ ਜਾਂਦਾ ਇਤਿਹਾਸਿਕ ਪੁਛੋਕੜ ਆ ਇਤਿਹਾਸਿਕ ਪੁਛੋਕੜ ਦਾ ਤੁਸੀਂ ਵੀਡੀਓ ਪੋਸ ਕਰਨੀ ਹੈ ਪੜ੍ਹਨਾ ਹੈ ਇਹ ਜਿਹੜਾ ਸੰਬੰਧ ਹੈ ਜਦੋਂ శ్రీ ਰਾਮਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਰਾਵਣ ਨੂੰ ਮਾਰ ਕੇ ਵਾਪਸ ਅਯੁੱਧਿਆ ਪਰਤੇ ਸੀ ਦਿਨ ਲੋਕ ਨੇ ਖੁਸ਼ੀ ਵਿੱਚ ਦੀਪਮਾਲਾ ਕਿੱਤੀ ਸੀਗੀ ਅਤੇ ਉਸ ਦਿਨ ਦੀ ਯਾਦ ਵਿੱਚ ਅੱਜ ਇਹ ਇਤਿਹਾਰ ਮਨਾਇਆ ਜਾਂਦਾ ਹੈ ਇਸ ਦਾ ਸਬੰਧ ਸਿੱਖ ਇਤਿਹਾਸ ਨਾਲ ਹੈ ਤੇ ਇਹਨਾਂ ਦਿਨ ਸਿੱਖਾਂ ਦੇ 6ਵੇਂ ਗੁਰੂ ਹਰਗੋਬਿੰਦ ਜੀ ਜਹਾਗੀਰ ਦੀ ਨਜ਼ਰਬੰਦੀ ਤੋੜਿਆ ਹੋ ਕੇ ਆਏ ਸਨ ਅੱਗੇ ਆਏਗਾ ਲੋਕਾਂ ਦਾ ਚਾਹ ਤੇ ਉਮਾ ਦੀਵਾਲੀ ਦੇ ਦਿਨ ਲੋਕਾਂ ਵਿੱਚ ਬੜਾ ਚਾਹ ਤੇ ਉਮਾ ਹੁੰਦਾ ਹੈ ਬਾਜ਼ਾਰ ਸੱਜੇ ਫੋਬੇ ਹੁੰਦੇ ਹਨ ਪਟਾਕੇ ਮਠਾਈਆਂ ਤੇ ਖਡਾਉਣਿਆਂ ਦੀਆਂ ਦੁਕਾਨਾਂ ਸਜੀਆਂ ਹੁੰਦੀਆਂ ਹਨ ਦੀਪ ਮਾੜਾ ਤੇ ਆਤਿਸ਼ਬਾਜੀ ਹਨੇਰਾ ਹੋਣ ਤੇ ਲੋਕ ਆਪਣੇ ਘਰਾਂ ਵਿੱਚ ਦੀਪ ਮਾੜਾ ਕਰਦੇ ਸਨ ਕੋਈ ਦੀਵੇ ਜਗਾਉਂਦੇ ਹੈ ਕੋਈ ਮੋਮਬੱਤੀਆਂ ਤੇ ਕੋਈ ਬਿਜਲੀ ਦੇ ਰੰਗ-ਬਰੰਗੇ ਲਾਟੂ ਤੇ ਰੰਗ-ਬਰੰਗੇ ਬਲਬਾਂ ਦੀਆਂ ਲੜੀਆਂ ਚਾਰਚਪੇਰੇ ਚਾਨਣ ਨੜ ਪਰ ਜਾਂਦਾ ਹੈ ਲੋਕ ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਰੋਸ਼ਨੀ ਕਰਦੇ ਤੇ ਮੱਥਾ ਟੇਕਣ ਜਾਂਦੇ ਚਾਰੇ ਪਾਸੇ ਪਟਾਕੇ ਚੱਲਣ ਦੀਆਂ ਆਵਾਜ਼ਾਂ ਆਉਂਦੀਆਂ ਅਸਮਾਨਾ ਵੱਲ ਚੜ ਰਹੀਆਂ ਆਤਿਸ਼ਬਾਜ਼ੀਆਂ ਤੇ ਹਵਾਈਆਂ ਹਨੇਰੇ ਰੰਗ-ਬਰੰਗੇ ਜੰਗਿਆੜੇ ਕਾਢੇ ਕੇ ਤੇ ਅਗ ਦੇ ਰੰਗ ਬਰੰਗੇ ਫੁੱਲਾਂ ਦੀ ਵਰਖਾ ਕਰਦੇ ਹੋਏ ਵਾਤਾਵਰਨ ਨੂੰ ਬਹੁਤ ਹੀ ਦਿਲ ਖਿੱਚਵਾਵਾਂ ਬਣਾਉਂਦੇ। ਲక్ష్ਮੀ ਦੀ ਪੂਜਾ ਇਸ ਰਾਤ ਲੋਕ ਪਾਂਚ-ਪਾਂਚ ਦੀ ਮਠਿਆਈਆਂ ਤੇ ਹੋਰ ਮਨਪਾਉਂਦੀਆਂ ਚੀਜ਼ਾਂ ਖਾਂਦੇ। ਸਾਰੀ ਰਾਤ ਲక్ష్ਮੀ ਦੀ ਪੂਜਾ ਕਰਦੇ। ਪਵਿੱਤਰ ਰੱਖਣ ਦੀ ਲੋੜ। ਦੀਵਾਲੀ ਨੂੰ ਰਾਤ ਨੂੰ ਕਈ ਲੋਕ ਜਿਹੜੇ ਸ਼ਰਾਬ ਪੀਂਦੇ ਜੂਆ ਖੇਡਦੇ ਟੂਨੇ ਆਦਿ ਕਰਦੇ। ਇਹ ਬਹੁਤ ਬੁਰੀ ਗੱਲ ਹੈ ਇਹਨਾਂ ਗੱਲਾਂ ਨਾਲ ਨੈਤਿਕ ਤੌਰ ਤੇ ਚੰਗੀਆਂ ਨਹੀਂ ਨਾ ਹੀ ਸਮਾਜਿਕ ਤੌਰ ਤੇ ਸਾਨੂੰ ਇਹਨਾਂ ਬੁਰਾਈਆਂ ਤੋਂ ਜਿਹੜਾ ਕਿ ਦੂਰ ਕਰਨ ਲਈ ਯਤਨ ਕਰਨੇ ਚਾਹੀਦੇ ਹਨ ਉਹ ਆਪਾਂ ਨੈਕਸਟ ਦੇਖਦੇ ਹਾਂ ਦੀਵਾਲੀ ਤੋਂ ਬਾਅਦ ਵੀਡੀਓ ਨੂੰ ਪੋਜ਼ ਕਰਕੇ ਤੁਸੀਂ ਦੀਵਾਲੀ ਕਰਨਾ ਹੈ ਪੀਡੀਐਫ ਲਈ ਟੈਲੀਗ੍ਰam ਜੁਆਇਨ ਸਾਈਕਲ ਚੋਰੀ ਸੰਬੰਧੀ ਥਾਣਾ ਮੁਖੀ ਨੂੰ ਪੱਤਰ ਚਲੋ ਮੈਂ ਇਹ ਦਿਖਾਉਂਦੀ ਹਾਂ ਨੰਬਰ 4 ਆਪਾਂ ਉੱਪਰ ਵਾਲੀ ਐਪਲੀਕੇਸ਼ਨ ਦੇਖਾਂਗੇ ਹੁਣ ਚਲੋ ਦੇਖਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਕਿ ਸਾਈਕਲ ਗਵਾਜਨ ਤੇ ਜਿਹੜੀ ਕਿ ਰਿਪੋਰਟ ਲਿਖਣੀ ਹੈ ਥਾਣੇ ਨੂੰ ਤਾਂ ਆਪਾਂ ਲਿਖੀਏ ਦੇ ਸੇਵਾ ਵਿਖੇ ਮੋਸਟ ਇੰਪੋਰਟੈਂਟ ਐਪਲੀਕੇਸ਼ਨ ਆ ਪੱਕਾ ਆਏਗੀ ਐਸ ਐਚਓ ਸਾਹਿਬ ਚੌਕੀ ਨੰਬਰ ਇੰਨਾ ਸ਼ਹਿਰ ਆਪਣਾ ਲਿਖਿਓ ਠੀਕ ਹੈ ਸ੍ਰੀਮਾਨ ਜੀ ਬੇਨਤੀ ਹੈ ਕਿ ਅੱਜ ਸਵੇਰੇ ਮੇਰਾ ਸਾਈਕਲ ਗੁੰਮ ਹੋ ਗਿਆ ਉਸ ਦੀ ਭਾਲ ਵਿੱਚ ਆਪਨੇ ਮੈਨੂੰ ਕਰਮਚਾਰੀਆਂ ਦੀ ਸਹਾਇਤਾ ਦਿਓ ਮੈਂ ਅੱਜ 11 ਵਜੇ ਪੰਜਾਬ ਨੈਸ਼ਨਲ ਬੈਂਕ ਵਿੱਚ ਰੁਪਏ ਕਢਵਾਣ ਗਿਆ ਸਾਈਕਲ ਨੂੰ ਜਿੱਧਰਾ ਲਾ ਕੇ ਬਾਹਰ ਖੜਾ ਕਰਤਾ ਪਰ ਜਦੋਂ ਮੈਂ 11:30 ਤੇ ਬਾਹਰ ਆਇਆ ਉੱਥੇ ਸਾਈਕਲ ਨਾ ਦੇਖ ਕੇ ਹੈਰਾਨ ਰਹਿ ਗਏ ਕਿ ਮੈਂ ਸਮਝ ਗਿਆ ਸੀ ਸਾਈਕਲ ਚੋਰ ਚੁੱਕ ਕੇ ਲੈ ਗਿਆ ਹੁਣ ਆਪਣੇ ਫਿਰ ਉਸ ਤੋਂ ਬਾਅਦ ਪਹਿਲੇ ਗੱਲ ਦੱਸਣ ਤੋਂ ਬਾਅਦ ਸਾਈਕਲ ਦੀ ਜਿਹੜਾ ਕਿ ਤੁਸੀਂ ਦੱਸਣਾ ਕੀ ਹੈ ਉਹਨਾਂ ਦਾ ਰੋਬਨ ਹੂਡ ਦਾ ਹੈਗਾ ਇਹ ਨੰਬਰ A ਹੈ ਮੈਂ ਇਸ ਸਾਈਕਲ ਨੂੰ ਖਾਲਸਾ ਸਟੋਰ ਜਲੰਧਰ ਮਾਰਚ ਅੰਨੇ ਤੇ ਖਰੀਦਿਆ ਉਸ ਦੀ ਜਿਹੜੀ ਰਸੀਦ ਮੇਰੇ ਕੋਲ ਹੈਗੀ ਹੈ ਚੈਨ ਕਵਰ ਉੱਤੇ ਮੇਰਾ ਨਾਮ ਲਿਖਿਆ ਹੋਇਆ ਤੇ ਉਚਾਈ 22 ਇੰਚ ਸਾਰਾ ਕੁਝ ਦੱਸਣਾ ਹੈ ਤੇ ਮੈਂ ਆਸ ਕਰਦੀ ਆ ਆਪਣੇ ਕਰਮਚਾਰੀਆਂ ਨੂੰ ਹੁਕਮ ਦੇ ਕੇ ਮੇਰਾ ਸਾਈਕਲ ਲਵਾਉਣ ਵਿੱਚ ਪੂਰੀ ਪੂਰੀ ਮਦਦ ਕਰੋਗੇ ਧੰਨਵਾਦ ਸਾਇਰ ਆਪ ਜੀ ਦਾ ਵਿਸ਼ਵਾਸਪਾਤਰ ਹਰਜੀਤ ਸਿੰਘ ਮਾਡਲ ਟਾਊਨ ਐਨ ਐ ਸ਼ਹਿਰ ਰੋਨੇਡੇ ਠੀਕ ਹੈ ਇਹ ਮੋਸਟ ਇੰਪੋਰਟੈਂਟ ਐਪਲੀਕੇਸ਼ਨ ਹੈ ਬੱਚਿਓ ਠੀਕ ਹੈ ਤੁਸੀਂ ਧਿਆਨ ਨਾਲ ਕਰਨੀ ਹੈ ਠੀਕ ਹੈ ਇਹਦਾ ਸਕਰੀਨਸ਼ਾਟ ਲੈ ਕੇ ਔਰ ਵੀਡੀਓ ਪੋਸਟ ਕਰਕੇ ਯਾਦ ਕਰੋ ਠੀਕ ਹੈ ਹੁਣ ਆਪਾਂ ਨੈਕਸਟ ਕੁਐਸਚਨ ਦੇਖਦੇ ਆ ਬੱਚਿਓ ਉਸ ਤੋਂ ਅੱਗੇ ਜਿਹੜਾ ਕਿ ਨੈਕਸਟ ਆਗਾ ਹੈ ਪੈਰਾ ਰਚਨਾ ਆ ਜਾਂਦੀ ਕੋਈ ਇੱਕ ਤੇ ਪੈਰਾ ਰਚਨਾ ਕਰਨਾ ਹੈ ਬੱਡ ਬਸ ਅੱਡੇ ਦਾ ਦ੍ਰਿਸ਼ ਜਾਂ ਮਿਲਵਰਤਨ ਦੋਨੋਂ ਵਿੱਚੋਂ ਇੱਕ ਕਰ ਲਓ ਮੈਂ ਐਂਡ 'ਚ ਦਿਖਾਉਂਗੀ ਪਹਿਲਾਂ ਆਪਾਂ ਅੱਗੇ ਕਰਦੇ ਆ ਮੁਹਾਵਰੇ ਸੱਪ ਸੁੰਗ ਜਾਣਾ ਅੱਖਾਂ ਫੇਰ ਲੈਣਾ ਹੱਥ ਵਟਾਉਣਾ ਹੱਥ ਪੈਰ ਮਾਰਨਾ ਕੰਨ ਭਰਨੇ ਸਬਰ ਦਾ ਕੁੱਟ ਈਨ ਮੰਨਣੇ ਹੱਥ ਗਰਮ ਕਰਨਾ ਕੋਈ ਪੰਜ ਮੁਹਾਵਰੇ ਦੇਖਣੇ ਨੇ ਚਲੋ ਆਪਾਂ ਮੈਂ ਇਸ ਦਾ ਅਨਸਰ ਦਿਖਾਨੀ ਆ ਤੁਹਾਨੂੰ ਇਹ ਕਹਤਾ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾ ਅੱਖ ਫੇਰ ਲੈਣੀ ਤੂੰ ਜਿਨ੍ਹਾਂ ਬੰਦਿਆਂ ਨੂੰ ਅੱਜ ਪਹਿਲਾਂ ਹੁੰਦਾ ਮਿੱਤਰਤਾ ਛੱਡਣੀ ਤੂੰ ਜਿਨ੍ਹਾਂ ਬੰਦਿਆਂ ਨੂੰ ਅੱਜ ਆਪਣਾ ਸਮਝਾ ਬੈਠਾ ਹੈ ਇਹ ਤੈਨੂੰ ਮੁਸ਼ਕਿਲ ਵਿੱਚ ਫਸਾ ਕੇ ਆਪ ਅੱਖਾਂ ਫੇਰ ਲੈਣਗੇ ਅੱਗੇ ਆਇਆ ਹੱਥ ਵਟਾਉਣਾ ਮਦਦ ਕਰਨੀ ਦਰਾਣੀ ਝਠਾਣੀ ਘਰ ਦੇ ਕੰਮਾਂ ਵਿੱਚ ਇੱਕ ਦੂਜੇ ਦਾ ਖੂਬ ਹੱਥ ਵਟਾਉਂਦੀ ਹਨ ਹੱਥ ਪੈਰ ਮਾਰਨਾ ਕੋਸ਼ਿਸ਼ ਕਰਨੇ ਉਸਨੇ ਵਿਦੇਸ਼ ਜਾਣ ਲਈ ਬਥੇਰੇ ਹੱਥ ਪੈਰ ਮਾਰੇ ਪਰ ਗੱਲ ਨਾ ਬੜੀ ਇਹ ਨ ਮੰਨਣੀ ਹਾਰ ਮੰਨਣੀ ਸ਼ਿਵਾਜੀ ਨਾਲ ਔਰੰਗਜ਼ੇਬ ਦੀ ਇਹਨਾਂ ਮੰਨੀ ਠੀਕ ਹੈ ਉਸ ਤੋਂ ਅੱਗੇ ਨੈਕਸਟ ਆ ਜਾਂਦਾ ਹੈ ਵਿਆਕਰਣ ਕਿਸ ਨੂੰ ਕਹਿੰਦੇ ਹਨ ਵਿਆਕਰਣ ਯਾ ਵਾਕਬੋਧ ਵਾਕਾਂ ਦੇ ਸਮੇਲ ਨੂੰ ਵਾਕਬੋਧ ਵਾਕਾਂ ਦੇ ਅਧਿਐਨ ਨੂੰ ਵਾਕਬੋਧ ਕਹਿੰਦੇ ਹਨ ਵਿਆਕਰਣ ਕਿਸ ਨੂੰ ਕਹਿੰਦੇ ਨੇ ਇਹ ਦਿਖਾ ਦਿੰਦੀ ਹਾਂ ਮੈਂ ਤੁਹਾਨੂੰ ਵਿਆਕਰਣ ਬੋਲੀ ਦੇ ਸ਼ਬਦ ਰੂਪਾਂ ਨੂੰ ਵਾਕ ਬੰਤਰ ਦੇ ਨਿਯਮਾਂ ਨੂੰ ਵਿਆਕਰਣ ਕਹਿੰਦੇ ਹਨ ਠੀਕ ਹੈ ਔਰ ਬੋਲੀ ਦੀ ਠੀਕ ਹੋਰ ਤੋਂ ਕਰੰਟਲੀ ਵਿਆਕਰਣ ਦੇ ਨਿਯਮਾਂ ਤੋਂ ਜਾਣੂ ਹੋਣਾ ਪੈਂਦਾ ਹੈ ਇਹ ਗੱਲਾਂ ਲੈਣੀ ਜ਼ਰੂਰੀ ਹੈ ਕਿ ਬੋਲੀ ਵਿਆਕਰਣ ਇਕੱਠੀਆਂ ਹੀ ਜਨਮ ਲੈਂਦੀਆਂ ਹਨ ਠੀਕ ਹੈ ਇੰਪੋਰਟੈਂਟ ਹੈ ਇਹਨੂੰ ਯਾਦ ਕਰ ਲਓ ਇਹ ਵੀ ਕੁਐਸਚਨ ਆਣਾ ਤੁਹਾਨੂੰ ਮੂਲ ਸ਼ਬਦ ਕਿਸ ਨੂੰ ਆਖਦੇ ਹਨ ਸਮਾਸੀ ਸ਼ਬਦ ਕਿਸ ਤਰ੍ਹਾਂ ਬਣਦੇ ਹਨ ਸਮਾਸੀ ਸ਼ਬਦ ਜਿਵੇਂ ਕਿ ਆਪਾਂ ਕਹਿ ਦਿੰਦੇ ਆ ਪਾਣੀ ਪੂਣੀ ਠੀਕ ਹੈ ਜੇ ਮਤਲਬ ਜਿਹੜਾ ਵਿੱਚ ਡੰਡੀ ਲੱਗੀ ਹੁੰਦੀ ਸਮਾਸ ਹੁੰਦਾ ਉਹ ਸਮਾਸੀ ਸ਼ਬਦ ਦੱਸਿਆ ਜਾਂਦਾ ਉਹਨਾਂ ਨੂੰ ਅੱਗੇ ਸ਼ਬਦ ਜੋੜ ਸ਼ੁੱਧ ਕਰਕੇ ਲਿਖਣਾ ਅਸੀਂ ਲੁਧਿਆਣਾ ਸ਼ਹਿਰ ਵਿੱਚ ਰਹਿੰਦੇ ਹਾਂ ਤਾਂ ਅਸੀਂ ਦੀ ਬਿੰਦੀ ਨਹੀਂ ਆਏਗੀ ਬਿੰਦੀ ਕੱਟਣੀ ਤੁਸੀਂ ਲੁਧਿਆਣਾ ਐਦਾਂ ਪੈਂਦਾ ਲੂਦੇਹਾਨਾ ਠੀਕ ਹੈ ਸ਼ਹਿਰ ਵੀ ਠੀਕ ਹੈ ਵਿੱਚ ਰਹਿੰਦੇ ਰਹਿੰਦੇ ਹਾਂ ਮੈਂ ਕੱਲ ਜਲੰਧਰ ਸ਼ਬਦ ਜਿਹੜਾ ਹੈਗਾ ਗਲਤ ਹੈ ਜਲੰਧਰ ਸ਼ਬਦ ਨੂੰ ਮੈਂ ਉੱਪਰ ਲਿਖ ਰਹੀ ਹਾਂ ਇਦਾਂ ਲਿਖਣਾ ਹੈ ਜਲੰਧਰ ਜਾਵਾਗਾ 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 ਇਦਾਂ ਆਵੇਗਾ ਠੀਕ ਹੈ ਇੱਥੇ ਮੈਂ ਠੀਕ ਕਰਕੇ ਲਿਖਿਆ ਅਗਰ ਨੈਕਸਟ ਕੁਐਸਚਨ ਆਏਗਾ ਸ਼ੁੱਧ ਕਰਕੇ ਲਿਖਣਾ ਹੈ ਵੇੜਾ ਵੇੜੇ ਦਾ ਜਿਹੜੇ ਸਪੈਲਿੰਗ ਹੈ ਦਾ ਵੇਹੜਾ ਪ੍ਰਾਇਆ ਪਰ ਆਇਆ ਬਹੁਤਾ ਦੁਪਹਿਰ ਠੀਕ ਹੈ ਅਗੇ ਅਨੁਦਾ ਅਗੇ ਤਰ ਲਾ ਕੇ ਤਿੰਨ ਸ਼ਬਦ ਬਣਾਣੇ ਨੇ ਤਾਂ ਅਨੁਦਾ ਲਾ ਕੇ ਅਨੁਸਾਰ ਅਨੁਸ਼ਾਸਨ ਕਿਹਕੇ ਤਿੰਨ ਸ਼ਬਦ ਲਗਾ ਕੇ ਗੇਤਰ ਬਣਾਣੇ ਅਗੇ ਜਨਕ ਦਾ ਲਗਾ ਕੇ ਤਿੰਨ ਸ਼ਬਦ ਦੇ ਪਛੇਤਰ ਬਣਾਣੇ ਨੇ ਕਮੈਂਟ ਕਰਕੇ ਤੁਸੀਂ ਦੱਸਣਾ ਹੈ ਕਿ ਕਿਹੜੇ ਕਿਹੜੇ ਅਗਿੱਤਰ ਨੇ ਕਿਹੜੇ ਕਿਹੜੇ ਪਛਿੱਤਰ ਨੇ ਤੇ ਉਹਨਾਂ ਦਾ ਪਿੰਨ ਕੀਤਾ ਜਾਵੇਗਾ ਕਮੈਂਟ ਜ਼ਰੂਰ ਕਰਨਾ ਹੈ ਤੇ ਜੇਕਰ ਵੀਡੀਓ ਵਧੀਆ ਲੱਗਦੀ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਇੱਕ ਹੋਰ ਪੇਪਰ ਜਿਹੜਾ ਕਿ ਸੋਲਵ ਕਰਕੇ ਆਵੇਗਾ ਚੈਨਲ ਸਬਸਕ੍ਰਾਈਬ ਰੱਖਿਓ ਕਰਕੇ ਤਾਂ ਜੋ ਤੁਸੀਂ ਜਿਹੜਾ ਕਿ ਰੀਅਲ ਪੇਪਰ ਹੈ ਉਹ ਦੇਖ ਸਕੋ ਠੀਕ ਹੈ ਅਗੇ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਰੱਖਿਓ ਠੀਕ ਹੈ ਥੈਂਕ ਯੂ ਫॉर ਵਾਚਿੰਗ